ਨਿਊਜ਼ ਪੰਜਾਬ ਦੇ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਪਿੰਡ ਤਲਵੰਡੀ ਕਲਾਂ ਵਿਖੇ ਪੀਰ ਬਾਬਾ ਢੇਰਾ ਵਾਲਾ ਅਤੇ ਪੀਰ ਬਾਬਾ ਮੱਟ ਵਾਲਿਆਂ ਦੇ ਅਸਥਾਨਾਂ 'ਤੇ 2 ਰੋਜ਼ਾ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ। ਇਸ ਮੇਲੇ ਵਿੱਚ ਪਹਿਲੇ ਦਿਨ ਅਲਗੋਜਿਆਂ ਵਾਲੇ ਗਾਇਕਾਂ ਨੇ ਖੂਬ ਰੰਗ ਬੰਨਿਆ। ਇਸ ਮੇਲੇ ਵਿੱਚ ਚਾਦਰ ਅਤੇ ਝੰਡੇ ਦੀ ਰਸਮ ਕਮੇਟੀ ਮੈਂਬਰ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਨਿਭਾਈ ਗਈ। ਇਸ ਮੇਲੇ ਵਿੱਚ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਬਾਬਾ ਜੀ ਦੇ ਨਤਮਸਤਕ ਹੋਈਆਂ। ਇਸ ਅਸਥਾਨ ਦੀ ਮੰਨਤਾ ਇਸ ਕਰਕੇ ਹੁੰਦੀ ਹੈ ਕਿਉਂਕਿ ਇਸ ਅਸਥਾਨ 'ਤੇ ਮੰਗੀ ਹੋਈ ਹਰ ਮੰਨਤ ਪੂਰੀ ਹੁੰਦੀ ਹੈ। ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਜਗਰਾਵਾਂ ਤੋਂ ਡਾਕਟਰ ਕੁਲਵਿੰਦਰ ਤਲਵੰਡੀ ਕਲਾਂ ਦੀ ਖਾਸ ਰਿਪੋਰਟ। ਪਿੰਡ ਤਲਵੰਡੀ ਕਲਾਂ ਜਿੱਥੇ ਕਿ ਬਾਬੇ ਢੇਰਾ ਵਾਲੇ ਅਤੇ ਬਾਬੇ ਮੱਟ ਵਾਲੇ ਦੇ ਅਸਥਾਨਾਂ 'ਤੇ ਹਰੇਕ ਸਾਲ ਦੀ ਤਰ੍ਹਾਂ ਮੇਲਾ ਅਤੇ ਭੰਡਾਰਾ ਕਰਵਾਇਆ ਜਾ ਰਿਹਾ। ਅਸੀਂ ਉਸ ਅਸਥਾਨ ਦੇ ਪ੍ਰਧਾਨ ਜੀ ਨਾਲ ਗੱਲ ਕਰਾਂਗੇ। ਹਾਂਜੀ, ਪਹਿਲਾਂ ਤਾਂ ਅਸੀਂ ਨਿਊਜ਼ ਪੰਜਾਬ ਚੈਨਲ ਦੇ ਬਹੁਤ ਧੰਨਵਾਦੀ ਹਾਂ ਜੋ ਕਵਰੇਜ ਕਰ ਰਹੇ ਨੇ। ਠੀਕ ਹੈ, ਅਤੇ ਉਹ ਇਹ ਮੇਲੇ ਦਾ ਬਹੁਤ ਪਿਛੋਕੜ ਪੁਰਾਣਾ ਹੈਗਾ। ਹਾਂਜੀ, ਜਿਵੇਂ ਜੇ ਤੁਸੀਂ ਸਾਰੇ ਜਾਣਦੇ ਹੋ ਕਿ ਜਗਰਾਉਂ ਰੋਸ਼ਨੀ ਲੱਗਦੀ ਹੈ, ਉਸੇ ਵੇਲੇ ਤੋਂ ਹੀ ਇਹ ਮੇਲਾ ਆਰੰਭ ਹੋਇਆ। ਇਸ ਤੋਂ ਪਹਿਲਾਂ ਵਿਛੜ ਕੇ ਮੇਲਾ ਜਗਰਾਉਂ ਜਾਂਦਾ ਹੈਗਾ ਜੀ। ਠੀਕ ਹੈ ਜੀ, ਅਤੇ ਇਸ ਵਿੱਚ ਜਿੱਦਾਂ ਆਪਾਂ ਪਹਿਲਾਂ ਕਹਿੰਦੇ ਸੀਗੇ ਪੁਰਾਣੇ ਸਮਿਆਂ ਵਿੱਚ ਵੀ ਘੁੱਦੂ ਵਗੈਰਾ ਜਾਂ ਅਲਗੋਜੇ ਵਾਲੇ ਜਿਵੇਂ ਆਪਾਂ ਕਹਿੰਦੇ ਹਾਂ, ਅਤੇ ਜਾਂ ਕਵਾਲ ਪੇਸ਼ ਹੁੰਦੇ ਸੀਗੇ, ਹੁਣ ਵੀ ਹੁੰਦੇ ਆ ਉਹ? ਹਾਂਜੀ, ਅਸੀਂ ਇਹ
ਪਿਛੋਕੜ ਜੋ ਇਤਿਹਾਸ ਹੈਗਾ ਆਪਣਾ ਕਲਚਰ ਹੈ ਉਹਨੂੰ ਸੰਭਾਲ ਕੇ ਰੱਖਿਆ ਹੋਇਆ, ਉਹ ਹਰ ਇੱਕ ਸਾਲ ਦੀ ਤਰ੍ਹਾਂ ਅਸੀਂ ਉਹਨਾਂ ਨੂੰ ਲਾਉਂਦੇ ਹਾਂ। ਬਜ਼ੁਰਗਾਂ ਦੀ ਰੂਹ ਦੀ ਖੁਰਾਕ ਹੈਗੀ ਆ ਜੋ ਇਸ ਨੂੰ ਮਾਣਦੇ ਨੇ। ਠੀਕ ਆ ਜੀ। ਅਤੇ ਇਸ ਮੇਲੇ ਵਿੱਚ ਕਿੱਥੋਂ ਕਿੱਥੋਂ ਦੀ ਸੰਗਤ ਆਉਂਦੀ ਹੈ ਜੀ? ਇਸ ਮੇਲੇ ਵਿੱਚ ਪੂਰੇ ਇਲਾਕੇ ਦੀ ਸੰਗਤ ਆਉਂਦੀ ਆ, ਨਗਰ ਦੀ ਆ, ਦੇਸ਼ ਵਿਦੇਸ਼ਾਂ ਤੋਂ ਤਾਂਘ ਹੁੰਦੀ ਆ ਬੱਚਿਆਂ ਨੂੰ, ਅਸੀਂ ਵੀ ਉਹ ਟਾਈਮ ਕੱਢ ਕੇ ਉੱਥੇ ਜਾਈਏ ਸੇਵਾ ਕਰੀਏ। ਠੀਕ ਆ ਜੀ। ਅਤੇ ਜਿੱਦਾਂ ਮੈਂ ਸੁਣਿਆ ਵਾਂ ਅਤੇ ਇੱਥੇ ਝੰਡੇ ਦੀ ਰਸਮ ਵੀ ਹੁੰਦੀ ਆ ਜੀ, ਉਹਦੇ ਬਾਰੇ ਦੱਸੋਗੇ ਸਾਨੂੰ? ਇਹ ਝੰਡੇ ਦੀ ਰਸਮ 12 ਫੱਗਣ ਨੂੰ ਹੁੰਦੀ ਆ ਅਤੇ ਉਹ ਦੋਨੇ ਜਗ੍ਹਾ 'ਤੇ ਹੈਗੇ ਆ, ਇਹ ਬਾਬਾ ਮਾਟਾ ਵਾਲੇ ਅਤੇ ਬਾਬਾ ਢੀਰਾਣੇ ਦੇ, ਜਿੱਥੇ ਅਸੀਂ ਖੜ੍ਹੇ ਹਾਂ ਇਹ ਬਾਬਾ ਮਾਟਾ ਵਾਲੇ ਦੇ, ਨਾਲ ਹੀ ਜਗ੍ਹਾ ਬਾਬੇ ਢੀਰਾਣੇ ਦੀ ਹੈਗੀ ਆ, ਇਹ ਦੋਨਾਂ ਜਗ੍ਹਾ 'ਤੇ ਝੰਡੇ ਰਸਮ ਅਦਾ ਕੀਤੀ ਜਾਂਦੀ। ਠੀਕ ਆ ਜੀ। ਅਤੇ ਇਹ ਮੇਲਾ ਕਿੰਨੇ ਦਿਨ ਤੱਕ ਚੱਲਦਾ ਜੀ? ਇਹ ਮੇਲਾ ਤੁਹਾਨੂੰ ਦੱਸਿਆ 11-12 ਫੱਗਣ 2 ਦਿਨ ਚੱਲਦਾ ਹੈ। ਠੀਕ ਹੈ। ਵੈਸੇ ਵੀਰਵਾਰ ਨੂੰ ਸੰਗਤ ਆਉਂਦੀ ਆ ਮਨੋਕਾਮਨਾ ਪੂਰੀ ਕਰਨ ਲਈ, ਹਰ ਇੱਕ ਚਿਰਾਗੀ ਤੇਲ ਪਾਇਆ ਜਾਂਦਾ ਹੈ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਠੀਕ ਹੈ। ਹਾਂਜੀ। ਅਤੇ ਇਸ ਮੇਲੇ ਵਿੱਚ ਕਿਹਦਾ ਕਿਹਦਾ ਸਹਿਯੋਗ ਤੁਸੀਂ ਦੱਸੋਗੇ ਵੀ ਜ਼ਿਆਦਾ ਸਹਿਯੋਗ ਕਿਹਦਾ ਕਿਹਦਾ ਪਾਇਆ ਜਾਂਦਾ? ਇਸ ਮੇਲੇ ਵਿੱਚ ਪੂਰੇ ਨਗਰ ਦਾ, ਇਲਾਕੇ ਦਾ, NRI ਵੀਰਾਂ ਦਾ ਬਹੁਤ ਵੱਡਾ ਸਹਿਯੋਗ ਰਹਿੰਦਾ ਸਾਡੇ ਨਾਲ, ਅਤੇ ਜੋ ਸੇਵਾਦਾਰ ਹੈ ਬਹੁਤ ਹੀ ਮਿਹਨਤ ਹਿੰਮਤ ਨਾਲ ਕੰਮ ਕਰਦੇ ਨੇ, ਕਿਉਂਕਿ ਮੇਲਾ ਇੱਕ ਦਿਨ 'ਚ ਤਾਂ ਨਹੀਂ ਹੁੰਦਾ, ਉਹਨੂੰ ਤਰਤੀਬ ਦਿੱਤੀ ਜਾਂਦੀ ਆ, ਜਿਸ ਵਿੱਚ ਕਈ ਸੇਵਾਦਾਰ ਨੇ ਜੋ ਕੰਮ ਕਰਦੇ ਨੇ, ਉਹ ਬਹੁਤ ਮਿਹਨਤੀ ਬੱਚੇ ਨੇ ਸਾਰੇ, ਨਾਲ ਕਮੇਟੀ ਆ ਸਾਡੀ ਸਾਰੇ, ਉਹ ਕੰਮ ਕਰ ਰਹੀ ਹੈ। ਠੀਕ ਹੈ ਜੀ। ਅਤੇ ਪਿੰਡ ਦੀ ਪੰਚਾਇਤ ਦਾ ਵੀ ਸਹਿਯੋਗ ਆ ਜੀ ਤੁਹਾਨੂੰ? ਹਾਂਜੀ, ਮੈਂਬਰ ਸਾਹਿਬਾਨ ਸਾਰੇ ਸਰਪੰਚ ਦਾ ਸਾਰੇ ਪਿੰਡ ਦਾ ਸਹਿਯੋਗ ਆ, ਕਿਉਂਕਿ ਕੋਈ ਕੰਮ ਸਾਂਝਾ ਹੁੰਦਾ, ਸਾਂਝਾ ਤਾਂ ਹੀ ਹੋ ਸਕਦਾ ਜੇ ਸਾਰੇ ਪਿੰਡ ਦਾ ਸਹਿਯੋਗ ਰਹੇ। ਇਹ ਗੱਲ ਖਾਸ ਕਰਕੇ ਕਹਿਣੀ ਚਾਹੁੰਦੇ ਹਾਂ, ਕਿਉਂਕਿ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਸਾਡੇ ਗੁਰੂਆਂ ਨੇ ਦੱਸਿਆ, ਅਸੀਂ ਇਸ ਨੂੰ ਚਾਹੁੰਦੇ ਹਾਂ ਵੀ ਹਰ ਇੱਕ ਧਰਮ ਦਾ ਸਤਿਕਾਰ ਕੀਤਾ ਜਾਵੇ ਔਰ ਨਵੀਂ ਸੇਧ ਦਿੱਤੀ ਜਾਵੇ। ਠੀਕ ਹੈ ਜੀ। ਹਾਂਜੀ। ਅਤੇ ਪ੍ਰਧਾਨ ਜੀ, ਇਸ ਮੇਲੇ ਵਿੱਚ ਅੱਗੇ ਨੂੰ ਕੀ ਤਬਦੀਲੀ ਆਈ ਆ? ਪਹਿਲਾਂ ਨਾਲੋਂ ਬਜ਼ੁਰਗ ਦੱਸਦੇ ਆ ਜੋ ਨਿਆਜ ਕਰਕੇ ਅਨਗੋਜ ਵਾਲੇ ਆਪਦੀ ਹਾਜ਼ਰੀ ਭਰਦੇ ਸੀ, ਹੁਣ ਤਾਂ ਬਹੁਤ ਕਲਾਕਾਰ ਆਉਂਦੇ, ਅਨਗੋਜ ਵਾਲੇ ਆਉਂਦੇ, ਹਰ ਇੱਕ ਆਪਣੀ ਆਪਣੀ ਹਾਜ਼ਰੀ ਭਰਦੇ ਨੇ। ਹਾਂਜੀ ਹਾਂਜੀ ਹਾਂਜੀ। ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਡਾਕਟਰ ਕੁਲਵਿੰਦਰ ਸਿੰਘ, ਤਲਵੰਡੀ ਕਲਾਂ ਦੀ ਵਿਸ਼ੇਸ਼ ਰਿਪੋਰਟ।
ਪਲੀਜ਼ ਤੁਸੀਂ ਉਹਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤਾਂ ਕਿ ਪਲ ਪਲ ਦੀ ਤਾਜ਼ਾ ਖਬਰ ਤੁਹਾਨੂੰ ਮਿਲਦੀ ਰਹੇ।